अज का दिन इतिहास के पन्नों के सुनहरे अखरों में लिखा जाएगा क्योंकि जेडे तीनों खेती कानून किसानों के गल का फाहा बने हुए थे सेंटर गौरमेंट ने वापस ले लेने तो नाल दी नाले गल कही है जो अखबारों के सोशल मीडिया से वायरल हो रही है कि मोदी सरकार ने किसानों को तोहफा दिता। इतने लोगों को असं याद करवा दीए कि यह तोहफा नहीं है, ये किसानों का हक से जिहड़ा उन्होंने लड़ के लिया, संघर्ष करके लिया, जज्बे के नाल रहा ते ओ पूरा एक साल तो भी ज़्यादा ठंड के धुप के पूरी शिद्दत दे नाल डटे रहने अपने परिवारों के नाल भी, तो परिवारों को छड़ के भी, छोटे बच्चों तो लैके बजुर्गों तक 700 तो वध शहीदियों के पईआं ने, लखीमपुर खेड़ी वर्गी घटना भी उत्थे हुई है। सो ये जित जिहड़ी आ एवें नहीं मिली, असी किसी भुलेखे च ना रह जाईए, ये साडे ते कोई आसान नहीं किया गया। हाँ असी स्वागत जरूर करते हैं सेंटर गौरमेंट के इस फैसले का क्योंकि ਇਹ ਕੰਮ ਤਾਂ ਜਿਸ ਜਜ਼ਬੇ ਦੇ ਨਾਲ ਲੋਕੀ ਡਟੇ ਹੋਏ ਸੀਗੇ ਤੇ ਧੰਨਵਾਦ ਅਸੀਂ ਦਿੰਨੇ ਆ ਜਿੰਨੇ ਵੀ ਸਾਡੇ ਲੋਕ ਇਸ ਸਮਰਥਨ ਦੇ ਵਿੱਚ ਨਾਲ ਜੁੜੇ ਰਹੇ ਜਿਨ੍ਹਾਂ ਨੇ ਰੱਜ ਕੇ ਦਿਨ ਰਾਤ ਸਾਥ ਦਿੱਤਾ ਮੀਡੀਆ ਦੇ ਉਹਨਾਂ ਮੰਚਾਂ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਨਾਲ ਉਹ NRI ਵੀਰ ਭੈਣ ਭਰਾ ਜਿਹੜੇ ਲਗਾਤਾਰ ਰੀੜ ਦੀ ਹੱਡੀ ਬਣ ਕੇ ਡਟੇ ਰਹੇ ਅੰਦੋਲਨ ਦੇ ਨਾਲ। ਸੋ ਇਸ ਚੀਜ਼ ਦੇ ਉੱਤੇ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋ ਭਾਜਪਾ ਦੇ ਵੱਲੋਂ ਇਹ ਗੇਮ ਖੇਡੀ ਗਈ ਹੈ, ਜਿਹੜੀ ਗੱਲਬਾਤ ਕੀਤੀ ਗਈ ਹੈ ਕਿ ਜਿਹੜੇ ਪਹਿਲਾਂ ਕੋਰੀਡੋਰ ਦਾ ਖੋਲ੍ਹਣਾ, ਉਸ ਤੋਂ ਬਾਅਦ ਤਿੰਨੋਂ ਖੇਤੀ ਕਾਨੂੰਨਾਂ ਦਾ ਅਚਾਨਕ ਰੱਦ ਕਰ ਦੇਣਾ, ਅਤੇ ਇਸ ਚੀਜ਼ ਨੂੰ ਲੈ ਕੇ ਕੀ ਉਹਨਾਂ ਨੂੰ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਚਾਹੇ ਪੰਜਾਬ ਦੀ ਆਪਾਂ ਖਾਸ ਕਰਕੇ ਗੱਲ ਕਰਦੇ ਹਾਂ ਕਿੱਦਾਂ ਦਾ ਫਾਇਦਾ ਮਿਲੇਗਾ, ਕੀ ਮਾਹੌਲ ਰਹਿ ਸਕਦਾ, ਹੁਣ ਲੋਕਾਂ ਦੀ ਕਿਸ ਤਰ੍ਹਾਂ ਦੀ ਮਾਨਸਿਕਤਾ ਭਾਜਪਾ ਲਈ ਚੇਂਜ ਹੋਏਗੀ, ਤੁਸੀਂ ਇਹਦੇ ਬਾਰੇ ਕੀ ਰਾਏ ਰੱਖਦੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਫੋਰ ਮੋਰ ਅਪਡੇਟਸ ਡਾਊਨਲੋਡ 51 TV ਐਪ ਫ੍ਰੀ ਔਨ ਰੋਕੂ ਟਿਕਰੀ TV Google Play Store iOS ਲਾਈਕ ਫੋਲੋ ਐਂਡ ਸ਼ੇਅਰ ਅਵਰ Facebook ਪੇਜ YouTube ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ।